ਭਾਵੇਂ ਬਾਣੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਵੀ ਰਚੀ, ਭਾਵੇਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਵੀ ਰਚੀ, ਪਰ ਉਹਨਾਂ ਨੇ ਆਪਣੇ ਨਾਮ ਦੇ ਬਾਣੀ ਦੇ ਪਿੱਛੇ ਆਪਣਾ ਸ਼ਬਦ ਨਹੀਂ ਲਾਇਆ ਨਾਮ ਦਾ, ਉਹਨਾਂ ਨੇ ਆਪਣੀ ਬਾਣੀ ਦੇ ਪਿੱਛੇ ਗੁਰੂ ਨਾਨਕ ਸ਼ਬਦ ਹੀ ਲਾਇਆ। ਕਿਉਂਕਿ ਭਾਈ ਗੁਰਦਾਸ ਜੀ ਕਹਿੰਦੇ ਨੇ, ਜੋ ਧੋਆ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ। ਜੋ ਇੱਕੋ ਗੁਰੂ ਨਾਨਕ ਦੇਵ ਮਹਾਰਾਜ ਜੀ ਵਾਲੀ ਜੋ ਦਸਾਂ ਜਾਮਿਆਂ ਦੇ ਵਿੱਚ ਵਰਤੀ, ਉਹ ਸਾਸਨ ਜੋਤ ਦੇ ਵਿੱਚ ਕੋਈ ਫਰਕ ਨਹੀਂ ਸੀ। ਜਿਹੜੀ ਜੋਤ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਵਿੱਚ ਸੀ, ਉਹੀ ਜੋਤ ਅੱਜ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵਿੱਚ ਹੈ। ਗੁਰੂ ਘਰ ਦੇ ਨਿਤਕ ਆਪਣੀਆਂ ਮਨਘੜਤ ਕਹਾਣੀਆਂ ਲਿਖਦੇ, ਕਵਿਤਾਵਾਂ ਲਿਖਦੇ, ਤੇ ਉਸ ਦੀ ਪਿਛਲੀ ਪੰਕਤੀ ਤੇ ਨਾਨਕ ਨਾਮ ਲਿਖ ਦਿੰਦੇ ਕਿ ਸੰਗਤਾਂ ਨੂੰ ਭੁਲੇਖਾ ਪੈ ਜਾਵੇ ਕਿ ਇਹ ਵੀ ਗੁਰੂ ਘਰ ਦੀ ਗੁਰੂ ਨਾਨਕ ਦੀ ਬਾਣੀ ਹੈ। ਉਸੇ ਦੀ ਬਾਬਤ ਗੁਰੂ ਅਮਰਦਾਸ ਮਹਾਰਾਜ ਜੀ ਦੀ ਬਾਣੀ ਜੋ ਆਪਾਂ ਹਰ ਰੋਜ਼ ਸਰਬਤ ਸਰਵਨ ਕਰਦੇ ਹਾਂ, ਅੰਮ੍ਰਿਤ ਵੇਲੇ ਦੀਆਂ ਬਾਣੀਆਂ ਸ਼੍ਰੀ ਅਨੰਦ ਸਾਹਿਬ ਦੇ ਵਿੱਚ, ਮਹਾਰਾਜ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵੀ ਉਹਨਾਂ ਦੀ ਪ੍ਰੋੜਤਾ ਕੀਤੀ। ਮਹਾਰਾਜ ਜੀ ਕਹਿੰਦੇ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰ ਵਜੋਂ ਹੋਰ ਕੱਚੀ ਬਾਣੀ। ਅੱਜ ਦੇ ਪ੍ਰਚਾਰਕਾਂ ਨੇ ਇਸ ਗੱਲ ਨੂੰ ਮੁੱਕ ਲੈ ਲਿਆ ਕਿ ਜਿਹੜੀ ਆ ਧਾਰਨਾ ਅੱਜ ਕੱਲ ਮਹਾਂਪੁਰਖ ਪੜ੍ਹਦੇ ਨੇ, ਇਹ ਧਾਰਨਾ ਕੱਚੀ ਬਾਣੀ ਹੈ। ਪਰ ਕੱਚੀ ਬਾਣੀ ਦਾ ਸ਼ਬਦ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਾਣੀ ਵਿੱਚ ਕੀਤਾ, ਉਦੋਂ ਕੋਈ ਧਾਰਨਾ ਦਾ ਕੀਰਤਨ ਨਹੀਂ ਸੀ ਹੋਇਆ ਕਰਦਾ। ਜਿਹੜਾ ਧਾਰਨਾ ਦਾ ਕੀਰਤਨ ਪ੍ਰਾਰੰਭ ਕੀਤਾ, ਉਹ ਸੰਤ ਬਾਬਾ ਅਤਰ ਸਿੰਘ ਜੀ ਮਾਤੂਆਣਾ ਸਾਹਿਬ ਵਾਲੇ ਨੇ ਕੀਰਤਨ ਪ੍ਰਾਰੰਭ ਕੀਤਾ, ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਵੀ ਬਾਅਦ ਵਿੱਚ ਹੋਏ ਨੇ। ਇਹ ਕੱਚੀ ਬਾਣੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਜੋ ਸ਼ਬਦ ਵਰਤੇ ਆ, ਉਹ ਉਸ ਸਮੇਂ ਦੇ ਜਿਹੜੇ ਗੁਰੂ ਘਰ ਦੇ ਨਿੰਦਕ ਸੀ, ਉਹ ਆਪਣੀਆਂ ਕਵਿਤਾਵਾਂ ਲਿਖਦੇ ਬਾਣੀ ਵਿੱਚ ਰਲੇਵਾਂ ਕਰਨ ਦੀ ਬਜਾਏ ਕਿ ਇਹ ਬਾਣੀ, ਇਹ ਜਿਹੜੇ ਗੁਰਸਿੱਖ ਨੇ ਇਹਨੂੰ ਵੀ ਗੁਰੂ ਨਾਨਕ ਦੀ ਬਾਣੀ ਸਮਝ ਲੈਣ, ਕਿਉਂਕਿ ਉਸ ਸਮੇਂ ਬਾਣੀ ਥਾਂ ਥਾਂ ਤੇ ਪਈ ਸੀ, ਵੱਖਰੀਆਂ ਵੱਖਰੀਆਂ ਪੋਥੀਆਂ ਦੇ ਵਿੱਚ ਪਈ ਸੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਾਣੀ ਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਬਾਣੀ, ਤੀਸਰੇ ਜਾਮੇ ਦੀ ਬਾਣੀ ਤੇ ਭਗਤਾਂ ਦੀ ਬਾਣੀ ਜੋ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪ੍ਰਮਾਣਤਾ ਦਿੱਤੀ, 15 ਭਗਤਾਂ ਦੀ ਬਾਣੀ ਤੇ 11 ਭੱਟਾਂ ਦੀ ਬਾਣੀ। ਇਹ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਫਿਰ ਸਮੇਂ ਦੀ ਨਬਜ਼ ਨੂੰ ਪਛਾਣਦੇ ਹੋਇਆ ਕਿ ਜੇ ਇਸ ਨੂੰ ਆਪਾਂ ਦਰੁਸਤ ਨਾ ਕੀਤਾ ਤਾਂ ਆਉਣ ਵਾਲੀਆਂ ਸੰਗਤਾਂ ਨੂੰ ਪਤਾ ਨਹੀਂ ਲੱਗੇਗਾ ਕਿ ਕਿਹੜੀ ਸੱਚੀ ਬਾਣੀ ਹੈ, ਕਿਹੜੀ ਕੱਚੀ ਬਾਣੀ ਹੈ। ਗੁਰੂ ਅਰਜਨ ਦੇਵ ਮਹਾਰਾਜ ਗੁਰਸਿੱਖਾਂ ਨੂੰ ਸੱਚ ਦੇ ਨਾਲ ਆਕਾਰ ਦੇ ਨਾਲ ਜੋੜਨਾ ਚਾਹੁੰਦੇ ਸੀ, ਤਾਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਕ ਮਨ ਦੇ ਵਿੱਚ ਪਵਿੱਤਰ ਸੋਚ ਆਈ ਕਿ ਕਿਉਂ ਨਾ ਆਪਾਂ ਇਹ ਸਾਰੀ ਬਾਣੀ ਨੂੰ ਇੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਇਕੱਤਰ ਕੀਤਾ ਜਾਵੇ। ਜੋ ਉਸ ਸਮੇਂ ਗੁਰੂ ਅਰਜਨ ਦੇਵ ਮਹਾਰਾਜ ਜੀ ਆਪਣੇ ਮਨ ਦੇ ਵਿੱਚ ਵਿਚਾਰਾਂ ਸੋਚ ਰਹੇ ਨੇ ਕਿ ਬਾਣੀ ਨੂੰ ਇੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਇਕੱਤਰ ਕੀਤਾ ਜਾਵੇ, ਉਹ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਸੋਚ ਨੂੰ ਮੁੱਲਾਂ ਕੁਰਬਾਨੀਆਂ ਬੀਬੀਆਂ ਦਾ ਢਾਡੀ ਕਥਾ ਇਹ ਕਿਉਂ ਸਰਵਣ ਕਰਾਉਣਾ ਚਾਹੀਦਾ।